did on my head. Did on my head. Did on my head. Hello ji, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ. ਆਈ ਹੋਪ ਤੁਸੀਂ ਸਾਰੇ ਜਣੇ ਬਹੁਤ ਵਧੀਆ ਹੋਵੋਗੇ. ਸੋ ਵੈਲਕਮ ਬੈਕ ਔਨ ਆਰ ਯੂਟਿਊਬ ਚੈਨਲ ਮਿਸਟਰ ਐਂਡ ਮਿਸਿਸ ਹੁੰਚਨ. ਅਤੇ ਅੱਜ ਦਾ ਵਲੋਗ ਹੈਗਾ ਆਪਣਾ ਡੇਲੀ, ਜੋ ਆਪਾਂ ਕਰਾਂਗੇ ਡੇਲੀ ਰੂਟੀਨ ਟਾਈਪਸ. ਐਂਡ ਚੀਕੂ ਨੂੰ ਲੈ ਕੇ ਜਾਣਾ ਇੱਕ ਹੋਸਪਿਟਲ ਅੱਜ, ਕਿਉਂਕਿ ਉਹਨੂੰ ਥੋੜ੍ਹੀ ਜਿਹੀ ਇਨਫੈਕਸ਼ਨ ਹੋ ਗਈ ਆ ਮੈਨੂੰ ਲੱਗਦਾ. ਅਤੇ ਡੋਰ ਬੰਦ ਕਰ ਲਈਏ ਕਿਉਂਕਿ ਰੌਲਾ ਬਹੁਤ ਆਉਂਦਾ. ਬਟ ਉਸ ਤੋਂ ਪਹਿਲਾਂ ਆਪਾਂ ਥੋੜ੍ਹਾ ਜਿਹਾ ਕੰਮ ਜਾਣਾ ਆ ਅਤੇ ਸ਼ੂਟ ਕਰਨਾ ਆ. ਥੋੜ੍ਹਾ ਜਿਹਾ ਉੱਧਰ ਜਾਵਾਂਗੇ ਅਤੇ ਆ ਕੇ ਫਿਰ ਆਪਾਂ ਚੱਲਾਂਗੇ ਚੀਕੂ ਨੂੰ ਲੈ ਕੇ ਹੋਸਪਿਟਲ. ਅਤੇ ਮੈਨੂੰ ਕੱਪੜੇ ਚੇਂਜ ਕਰਕੇ ਉੱਥੇ ਜਾਣਾ ਪੈਣਾ, ਫਿਰ ਆ ਕੇ ਮੈਨੂੰ ਫਿਰ ਕੱਪੜੇ ਚੇਂਜ ਕਰਨੇ ਪੈਣੇ ਆ. ਚਲੋ ਜੀ, ਮਿਲਦੇ ਹਾਂ, ਜਾਈਏ ਅਤੇ ਆ ਕੇ ਫਿਰ ਚੀਕੂ ਨੂੰ ਲੈ ਕੇ ਜਾਈਏ. ਚਲੋ ਜੀ. ਇਹ ਬਦਲਾ ਲੈ ਰਹੇ ਹੋ? ਲੋ ਬਈ, ਇੱਥੇ ਦੁਕਾਨ ਆਏ ਆ ਚੀਕੂ ਨੂੰ. ਚੀਕੂ ਅੱਗੇ ਮੋਝਿਆਂ ਨਾਲ ਬੈਠਾ, ਅਸੀਂ ਪਹਿਲਾਂ ਵੀ ਇੱਥੇ ਹੀ ਲੈ ਕੇ ਆਏ ਸੀ ਚੀਕੂ ਨੂੰ. ਦੇਖਦੇ ਆ ਮਿਲਦੇ ਉਹ ਚੀਕੂ ਵਰਗੇ ਬੈਠੇ. ਇਹਨੂੰ ਮੈਂ ਫੜ ਦੂੰ, ਦੇਖ ਕਿੱਡੀ ਕਾਲੀ ਆ ਹੁਣ ਇਹਨੂੰ. ਓਏ ਚੁੱਕ, ਤੇਰੇ ਦੋਸਤ ਇਹਨੇ ਪੋਟੀ ਨਾ ਕਰਨੀ ਹੋਵੇ, ਪਹਿਲਾਂ ਵੀ ਕਰਦਾ ਸੀ. ਨਾ ਕਰ, ਗੰਦੀ ਆ ਉਹ, ਪਤਾ ਨਹੀਂ ਕਾਹਦੀ ਰੂਹ ਆ. ਦੇਖੀ ਦੇਖੀ ਕੀ ਹੋ ਗਿਆ, ਚੱਲੀਏ ਅੰਦਰ. ਓਏ ਦੇ ਪੁੱਠੇ ਪੈਸੇ ਮੂੰਹ ਮਾਰਦਾ, ਚੱਲ ਚੱਲੀਏ. ਚੀਕੂ ਡਰ ਗਿਆ ਬਈ, ਜੱਫੀ ਪਾ ਕੇ ਖੜ ਗਿਆ. ਡਰ ਗਿਆ ਜੀ. ਚੀਕੂ ਦਾ ਚੈੱਕਅਪ ਆਪਾਂ ਕਰਾ ਲਿਆ ਅਤੇ ਉੱਧਰ ਉਹ ਕਰਾ ਰਹੇ ਨੇ, ਇੰਜੈਕਸ਼ਨ ਲਿਖਵਾ ਰਹੇ ਨੇ ਇਹਦੇ. ਫਿਰ ਇਹਦੇ ਗੋਲੀਆਂ ਵੀ ਮਿਲਣੀਆਂ ਨੇ. ਚੀਕੂ ਓਏ ਇੱਧਰ ਗੱਲ ਸੁਣ, ਇੱਧਰ ਤੈਨੂੰ ਦਵਾਈ ਵੀ ਦੇਣੀ ਆ ਉਹਨਾਂ ਨੇ. ਓਏ ਇੱਕ ਤਾਂ ਤੇਰਾ ਸੁੱਸੂ ਨਹੀਂ ਮੁੱਕਦਾ, ਬਸ ਕਰ ਹੁਣ. ਮਾਈ ਗੋਡ, ਆ ਵੀ ਚੂਚੇ ਲਿਆਂਦੇ ਆ ਨੀਚੇ ਨਾ ਸਾਡੇ, ਰਹਿੰਦੇ ਆ ਬੱਚੇ ਛੋਟੇ ਛੋਟੇ. ਆ ਖੜੇ ਹੋ ਬੱਚੇ, ਆ ਦੇਖੋ ਚੂਚੇ. ਹੈਲੋ, ਇਹ ਤਾਂ ਬੈੱਡ ਨਾਲ ਹੀ ਮਿਲ ਗਏ. ਹਾਈ ਚੀਕੂ ਆ ਗਿਆ, ਤੇਰੀ ਜਗ੍ਹਾ ਤੇ ਆ ਗਏ ਓਏ. ਮੈਂ ਨਹੀਂ ਹੁਣ ਫੜਨਾ, ਫਿਰ ਮੇਰੇ ਤੋਂ ਬੈਲੈਂਸ ਨਹੀਂ ਹੁੰਦਾ ਹੱਥ, ਜੋ ਗਿਰ ਗਿਆ ਮੇਰੇ ਤੋਂ ਪਹਿਲਾਂ ਹੀ ਛੋਟੂ ਗਿਆ. ਬੜੇ ਕਿਊਟ ਕਿਊਟ ਜੇ ਛੋਟੇ ਛੋਟੇ ਜੇ ਚੂਚੇ ਜੇ ਆਪਾਂ ਦੇਖ ਲਏ ਤੇ ਹੁਣ ਮੈਂ ਕੁਛ ਖਾ ਪੀ ਲਵਾਂ, ਕਿਉਂਕਿ ਸ਼ੂਟ ਤੋਂ ਆਏ ਹਾਂ, ਥੱਕ ਚੁੱਕੇ ਹਾਂ. ਅਤੇ ਸਵੇਰ ਵਾਲੇ ਸ਼ੂਟ ਲਈ ਥੋੜ੍ਹੀ ਜਿਹੀ ਪੈਕਿੰਗ ਕਰ ਲਈਏ, ਕਿਉਂਕਿ ਕੱਪੜੇ ਚਾਹੀਦੇ ਆ. ਉਹਦੇ 'ਚ ਵੀ ਮੈਨੂੰ ਐਜ਼ ਯੂ ਨੋ ਕਿ ਰੱਬ ਦੇ ਰੰਗ ਦਾ ਵੀ ਸ਼ੂਟ ਚੱਲਦਾ ਪਿਆ, ਉਹ 'ਚ ਕੁਆਰੀ ਲੋਕਾਂ ਤੋਂ ਉੱਧਰ ਦਾ ਸੂਟ ਚਾਹੀਦਾ. ਹੁਣ ਤਾਂ ਆਪਾਂ ਇੱਦਾਂ ਗਏ ਸੀ ਸਕੀਆਂ ਭੈਣਾਂ ਦੇ ਸ਼ੂਟ ਦੇ ਵਿੱਚ, ਅਤੇ ਬਸ ਕੁਛ ਖਾ ਪੀ ਲਈਏ. ਅਤੇ ਚੀਕੂ ਹੁਣ ਡਰਿਆ ਪਿਆ ਆ, ਇਹ ਤਾਂ ਹੀ ਉੱਤੇ ਚੜ੍ਹ ਗਿਆ. ਚੀਕਰੂ
ਉੱਤੇ ਮੈਂ ਦਵਾਈ ਲੈ ਲਈ। ਕੀ ਹੋ ਗਿਆ ਸੀ? ਓ ਜੀ ਕੀ ਹੋਇਆ? ਕੀ ਹੋਇਆ ਬੁੱਤ? ਡਰ ਗਿਆ ਇਹ। ਹੋਏ ਹੋਏ, ਡਰ ਬਹੁਤ ਛੇਤੀ ਜਾਂਦਾ ਇਹ। ਹੁਣ ਠੀਕ ਆ ਨਾ ਇਹਦੇ ਖਾਜ ਜੀ? ਟੀਕੂ ਠੀਕ ਆ ਨਾ ਤੂੰ? ਓਏ ਗੰਦੂਆ, ਠੀਕ ਸੀ ਆ? ਚਲੋ ਬਈ ਕੁਛ ਖਾ ਪੀ ਲਵਾਂ, ਫੇਰ ਮਿਲਦੇ ਆ। ਮਿਸਟਰ ਹੁੰਜੋ ਨੂੰ ਵੀ ਭੁੱਖ ਲੱਗੀ ਹੋਣੀ ਆ। ਲੱਗੀ ਥੋੜੀ ਥੋੜੀ? ਹਾਂ। ਤੁਸੀਂ ਠੰਡਾ ਠੰਡਾ ਬਣਾਈਏ ਤੇ ਫੇਰ ਮਿਲਦੇ ਆ ਤੁਹਾਨੂੰ। ਪਾਣੀ ਨਹੀਂ, ਮੈਂ ਬਣਾਉਣ ਲੱਗੀ ਆਪਣੇ ਲਈ ਰਾਈਸ। ਰੱਖ ਲਿਆ ਆਪਾਂ, ਵਿੱਚ ਪਾਵਾਂਗੇ ਜੀਰਾ। ਤੁਸੀਂ ਖਾਓਗੇ? ਹੈਂ, ਦੇਰੀ ਹੋਣੀ। ਉਦਾਂ ਖਾਣੀ ਇੱਕ ਰੋਟੀ ਚੂਰ ਕੇ ਦੇ ਦਿੰਦੀ ਹੈ। ਆਪਾਂ ਚੌਲ ਧਰੇ ਆਏ ਹਾਂ, ਹੁਣ ਖਲਾਰਾ ਸਾਂਭ ਦੇਵਾਂ ਵਾ, ਕਿਉਂਕਿ ਸਵੇਰ ਦਾ ਪਿਆ ਹੋਇਆ, ਕਿਉਂਕਿ ਸ਼ੂਟ 'ਤੇ ਗਏ ਹੋਏ ਸੀਗੇ, ਉਹਦੇ ਕਰਕੇ ਬਹੁਤ ਮੈਸ ਹੋਇਆ ਪਿਆ। ਸਾਰਾ ਕੁਛ ਉਹ ਕਰਕੇ ਫਿਰ ਮੈਂ ਬਣਾਉਣੀਆਂ ਨੇ ਇੱਕ ਦੋ ਰੀਲਾਂ, ਉਹ ਵੀ ਜ਼ਰੂਰੀ ਨੇ ਕਿਉਂਕਿ ਸਵੇਰੇ ਪੇਜ 'ਤੇ ਪਾਉਣੀਆਂ ਨੇ। ਅਤੇ ਸੈਲਡ ਵਗੈਰਾ ਕੱਟਾਂ, ਉਸ ਤੋਂ ਬਾਅਦ ਕਾਲੇ ਛੋਲੇ ਬਣਾਏ ਆ ਅਤੇ ਮੈਨੂੰ ਚੌਲ ਨਾਲ ਬਹੁਤ ਜ਼ਿਆਦਾ ਪਸੰਦ ਆ ਅਤੇ ਉਹ ਖਾਂਦੇ ਹਾਂ। ਥੋੜ੍ਹੇ ਜਿਹੇ ਇਹਨਾਂ ਨੂੰ ਵੀ ਦੇ ਦਿੰਦੇ ਹਾਂ। ਵੈਸੇ ਮੈਂ ਡਾਇਟਿੰਗ 'ਤੇ ਕਿਹਾ ਹੋਇਆ ਵੀ ਰਹੋ, ਸਿਰਫ ਦੁਪਹਿਰ ਦੀ ਰੋਟੀ ਖਾਣੀ ਆ, ਬਟ ਅੱਜ ਅਸੀਂ ਦੁਪਹਿਰ ਵਾਲੀ ਵੀ ਮਿਲਾ 7 ਵਜੇ ਖਾਧੀ ਆ ਨਾ ਆਪਾਂ, ਉਹ ਵੀਰੇ ਉਹਨਾਂ ਵੱਲ ਨਹੀਂ ਖਾਧੀ ਆ। ਹੁਣ ਇਹਨਾਂ ਦੀ ਬੈਟਰੀ ਹੋਈ ਹੋਈ ਆ ਡਾਊਨ, ਇਸ ਲਈ ਇਹਦੀ ਬੈਟਰੀ ਡਾਊਨ ਕਰਨ ਲੱਗੇ ਹੋਏ ਆ। ਅਸੀਂ ਆਪਣੇ ਗਾਣੇ ਲਾ ਲਾ ਕੇ ਸੁਣ ਰਹੇ ਸੀ, ਐਕਚੁਅਲ 'ਚ ਮੇਰਾ ਸ਼ਬਦ ਸੀ ਜਿਹੜਾ ਮੈਂ ਉਹ ਸੁਣ ਰਹੀ ਸੀ ਵੀ ਬੜਾ ਟਾਈਮ ਹੋ ਗਿਆ ਵੀ ਦੁਬਾਰਾ ਸੁਣ ਕੇ ਦੇਖੀਏ, ਅਤੇ ਦੇ ਲਾ ਵੀ ਦੁਬਾਰਾ ਵੀ ਕੋਈ ਗਾਣਾ ਕਰੀਏ, ਹੈ ਨਾ? ਕਰਦੇ ਹਾਂ ਜਲਦੀ, ਤੁਸੀਂ ਮੈਨੂੰ ਦੇਖ ਨਹੀਂ ਰਹੇ। ਕਰਨਾ ਚਾਹੀਦਾ ਤੈਨੂੰ, ਹੈ ਨਾ? ਹੁਣ ਮੇਰਾ ਵੀ ਦਿਲ ਜਿਹਾ ਕਰਨ ਲੱਗ ਗਿਆ। ਸਾਰਿਆਂ ਨੇ ਕਮੈਂਟ ਕਰਕੇ ਜ਼ਰੂਰ ਦੱਸੋ ਕਿ ਆਪਾਂ ਗਾਣਾ ਕਰੀਏ, ਕੋਈ ਆਪਾਂ ਕੋਈ ਗਾਣਾ ਕਰੀਏ, ਸਿੰਗਲ ਕਰੀਏ, ਜਾਂ ਮਤਲਬ ਮੈਂ ਤਾਂ ਨਹੀਂ ਕਰੂੰਗਾ ਨਾਲ, ਡਿਊਟ ਹੋ ਜੇ ਜਾਂ ਸਿੰਗਲ ਹੋ ਜੇ। ਸੋ ਮੈਂ ਸੋਚ ਰਹੀ ਹਾਂ ਕਿ ਕਰੀਏ ਕੁਛ, ਮੇਰਾ ਮਨ ਹੈਗਾ ਕਿ ਗਾਣਾ ਸਿੰਗਲ ਕਰੇ, ਹੈ ਨਾ? ਤੇ ਇੱਕ ਚੀਜ਼ ਹੋਰ ਸਾਰਿਆਂ ਨੇ ਦੱਸਿਓ, ਬਾਬਲ ਦੇ ਵਿਹੜੇ ਵਿੱਚ ਨਾ ਉਹ ਸੀਗਾ, ਕਿਹੜਾ ਐਪੀਸੋਡ ਸੀਗਾ ਉਹ, ਜਾਗੋ ਵਾਲਾ? ਉਹ 'ਚ ਬਹੁਤ ਲੋਕਾਂ ਨੇ ਤਾਂ ਪਛਾਣ ਲਿਆ ਕਿ ਮੈਂ ਉਹ ਚੀਜ਼ ਗਾਈ ਆ ਨਾ, ਉਹ 'ਚ ਜਿਹੜੇ ਸੁਹਾਗ ਗਾਏ ਸੀਗੇ, ਬਾਬਲ ਛਮ ਛਮ ਰੋਵੇ ਐਵੇਂ ਵਾਲਾ ਨਾ, ਅਤੇ ਇੱਕ ਮਿੰਟ, ਹੈ ਨਾ, ਜਿਹੜੇ ਉਹ ਸੀਗੇ ਸੁਹਾਗ, ਉਹ ਮੈਂ ਗਾਏ ਸੀ। ਕਾਫੀ ਜਣਿਆਂ ਨੂੰ ਪਤਾ ਲੱਗ ਗਿਆ ਕਿ ਉਹ ਮੈਂ ਗਾਏ ਸੀ। ਮੈਨੂੰ ਬਹੁਤ ਜਣਿਆਂ ਨੇ ਪੁੱਛਿਆ ਵੀ ਤੁਸੀਂ ਗਾਏ ਸੀ ਨਾ, ਜਿਹਨੂੰ ਤਾਂ ਪਤਾ ਹੈ ਨਾ ਮੇਰੀ ਆਵਾਜ਼ ਦਾ, ਅਤੇ ਉਹ ਮੈਂ ਗਾਏ ਸੀਗੇ ਸੁਹਾਗ, ਅਤੇ ਮੈਨੂੰ ਬੜਾ ਵਧੀਆ ਲੱਗਿਆ ਵੈਸੇ ਉਹ ਗਾ ਕੇ। ਮੈਂ ਪਹਿਲੀ ਵਾਰੀ ਗਾਏ ਸੀ, ਵੀਰੇ ਨੇ ਇੱਕੋ ਦਮ ਕਿਹਾ ਨਹੀਂ ਨਹੀਂ ਆ ਜਾ ਗਾ ਦੇ, ਅਤੇ ਮੈਨੂੰ ਵਧੀਆ ਲੱਗਿਆ। ਅਤੇ ਹੁੰਜਨ ਸਾਹਿਬ ਨੂੰ ਮੈਂ ਦੱਸਿਆ ਨਹੀਂ ਸੀ, ਕਿਉਂਕਿ ਇਹਨਾਂ ਨੂੰ ਨਾ ਇੱਕ ਇੱਕ ਦਿਲੀ ਖਾਹਿਸ਼ ਆ ਕਿ ਮੈਂ ਕਿਤੇ ਗਾਵਾਂ ਅਤੇ ਉਹਦੇ ਵਿੱਚ ਆਵੇ, ਅਤੇ ਜਦੋਂ ਮੈਂ ਗਾਇਆ ਹੀ ਸੀ ਨਾ, ਅਤੇ ਆ ਕੇ ਜਦੋਂ ਸੀਨ ਹੋਣ ਲੱਗਿਆ, ਮੈਂ ਉਹਨੂੰ ਕਿਹਾ ਤੁਸੀਂ 2 ਮਿੰਟ ਰੁਕੋ, ਚੱਲਣ ਵਾਲਾ ਹੀ ਹੈ ਕੁਛ, ਮੈਂ ਤੁਹਾਡੇ ਲਈ ਸਰਪ੍ਰਾਈਜ਼ ਆ। ਜਦ ਮੇਰੀ ਪਹਿਲੀ ਲਾਈਨ ਆਈ, ਇਹਨਾਂ ਦਾ ਐਕਸਪ੍ਰੈਸ਼ਨ ਸੀਗਾ, ਅੱਖਾਂ ਖੁੱਲੀਆਂ ਹੀ ਰਹਿ ਗਈਆਂ, ਹੈ ਵਟ ਇਜ਼ ਨਿੰਨੀ ਤੂੰ ਗਾਇਆ ਇਹ ਕਿੱਦਾਂ? ਫਿਰ ਮੈਂ ਕਿਹਾ ਯੈਸ ਮੈਂ ਗਾਇਆ ਸੀ, ਅਤੇ ਵਧੀਆ ਲੱਗਿਆ ਉਹ ਵੀ ਮੈਨੂੰ ਗਾ ਕੇ। ਅਤੇ ਹੁਣ ਵੀ ਮੈਂ ਸੋਚਦੀ ਹਾਂ ਕਿ ਕੋਈ ਗਾਣਾ ਹੈ ਨਾ ਕਰਦੇ ਹਾਂ। ਮੈਂ ਕਾਫੀ 2-3 ਸਾਲ ਪਹਿਲਾਂ ਕੀਤਾ ਸੀ, ਗੁਰਪੁਰਬ 'ਤੇ ਸ਼ਬਦ ਕੀਤਾ ਸੀ, ਗਾਣੇ ਵੀ 1-2 ਕੀਤੇ ਹੋਏ ਆ, ਪਰ ਉਹ ਹਾਲੇ ਤੱਕ ਆਏ ਨਹੀਂ ਹੈਗੇ ਐਵੇਂ ਕਹਾਂ, ਪਰ ਉਹ ਗਾਣੇ ਬਹੁਤ ਸੋਹਣੇ ਨੇ, ਮੈਨੂੰ ਯਾਦ ਆ ਰਹੇ, ਲਿਰਿਕਸ ਬਹੁਤ ਸੋਹਣੇ ਆ, ਅਤੇ ਦੁਬਾਰਾ ਕਰ ਲਓ ਉਹ ਗਾਣੇ, ਹੈ ਨਾ? ਵਧੀਆ ਉਹ ਸੀਗੇ, ਸੋਹਣੇ ਵੈਸੇ ਐਵੇਂ ਕਹੀਏ, ਹੁਣ ਆਵਾਜ਼ ਦਾ ਵੀ ਫਰਕ ਪੈ ਜੂ। ਮੈਨੂੰ ਬਹੁਤ ਸੋਹਣਾ ਲੱਗਦਾ ਸੀ ਉਹ 'ਚ ਇੱਕ ਗਾਣਾ, ਗਾਣੇ ਦੀ ਲਾਈਨ ਪਤਾ ਨਹੀਂ ਕੀ ਸੀ, ਬੀਤ ਜਾਣਾ ਕੁਛ ਸਮਥਿੰਗ ਸੀਗਾ,
ਬਾਤਾਂ ਪਿਆਰ ਦੀਆਂ ਸਮਥਿੰਗ ਸੀ, ਬਾਤਾਂ ਪਿਆਰ ਦੀਆਂ ਦਾ ਲਾਸਟ ਵਰਡ ਸੀਗਾ। ਹਾਂ ਬਾਤਾਂ ਪਿਆਰ ਦੀਆਂ, ਮੈਨੂੰ ਟੋਨ ਵੀ ਯਾਦ ਨਹੀਂ ਮੈਨੂੰ ਕੀ ਕੰਪੋਜੀਸ਼ਨ ਸੀ ਉਹਦਾ, ਕੁਛ ਨਹੀਂ ਪਤਾ ਹੈਗਾ ਹੁਣ ਮੈਨੂੰ। ਅਤੇ ਚਲੋ ਚਲੋ ਇਹ ਤਾਂ ਬਾਅਦ 'ਚ ਹੋਣਾ, ਪਹਿਲਾਂ ਢਿੱਡ ਭਰ ਲਈਏ, ਭੁੱਖ ਬੜੀ ਲੱਗੀ ਆ। ਅਤੇ ਮੈਂ ਰਾਈਸ ਵਗੈਰਾ ਦੇਖ ਲਾਂ ਅਤੇ ਰੋਟੀ ਖਾਂਦੇ ਹਾਂ, ਫਿਰ ਤੁਹਾਡੇ ਨਾਲ ਦੋ ਚਾਰ ਹੋਰ ਗੱਲਾਂ ਬਾਤਾਂ ਕਰਦੇ ਹਾਂ। ਹਾਂਜੀ, ਅਤੇ ਪਿਛਲੀ ਵੀਡੀਓ 'ਚ ਤੁਸੀਂ ਦੇਖਿਆ ਸੀ ਕਿ ਆਪਾਂ AC ਦੀ ਨਹਾਈ ਧੋਈ ਕਰਾ ਕੇ ਉਹਨੂੰ ਪੂਰਾ ਹਾਰਿਆ ਸ਼ਿੰਗਾਰਿਆ ਸੀਗਾ ਵੀ ਗਰਮੀ ਆ ਗਈ ਅਤੇ AC ਕਰਾਂਗੇ ਔਨ, ਪਰ ਬਾਬਾ ਜੀ ਨੇ ਮੌਸਮ ਹੀ ਇੰਨਾ ਸੋਹਣਾ ਕਰਤਾ, ਸਾਨੂੰ AC ਲਾਉਣ ਦੀ ਲੋੜ ਹੀ ਨਹੀਂ ਪਈ। ਇੱਕ ਦਿਨ ਲਾਇਆ ਘੰਟਾ ਕੁ, ਫਿਰ ਅਸੀਂ ਫਿਰ ਬੰਦ ਕਰਤਾ। ਹੁਣ ਆਪਾਂ ਡਿਨਰ ਸ਼ਿਨਰ ਕਰ ਲਿਆ ਡਨ, ਅਤੇ ਬੜਾ ਘੈਂਟ ਬੜੇ ਘੈਂਟ ਰਾਈਸ ਬਣੇ ਸੀਗੇ। ਅੱਜ ਦੇ ਵਲੌਗ ਲਈ ਬਸ ਇੰਨਾ ਕੀ, ਅਤੇ ਮਿਲਦੇ ਹਾਂ ਤੁਹਾਨੂੰ ਅਗਲੀ ਕਿਸੇ ਨੈਕਸਟ ਵੀਡੀਓ ਦੇ ਵਿੱਚ। ਟਿਲ ਦੈਨ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਰੱਬ ਰੱਖਾ।